احباب اہل بیت ارباب دانش، آج دی اس بزم آزاد آخری مداح خان مداح علیوا شاہباز قصائد و مصائب جناب ملک ناہید عباس یک صاحب خطاب باواز بلان صلوات مہربانی کرو اگاں گچیو یا اللہ یا اللہ یا محمد یا محمد یا علی یا علی یا حسن یا حسن یا حسین یا حسین یا بی بی یا بی بی سید پاک سلام اللہ علیہا غازی آدھائے میری لاش نہ چاہا میں اکبر نہیں تے عباس میرو حلوایا غازی آدھائے میں ڈے دریاں جی میں ٹیک کے تلیاں تے اوکھا اکبر چایا میں تے سمجھے کافی ٹائم ہو گیا تھک گیا سمجھنا دلان دے وچ عباس بس دے انہ دی ہائے پیوں دی میں لگ دا بادر آسا میڈا گھرے میڈا وطنے میں بانیاں رونا چاہنے تو میں حکمیں غازی عباس پڑھنا چاہنا میں سجیتی منیان ڈولا شد کربلا دا غریب حسین او کھایا اللہ تواری زندگی کرے پہلی لاش علی اکبر دیئے ڈو جی عباس دیئے اکبر دی لاش تے زانو بزانو آیا ہے عباس دی لاش دیا دیتے ہیں 133 جگہ تے جھڑے تو ساہے پیاری کر گئے ہو لیا قرآن میرے سر درکھا ماتمیو قدر دانا دا مجمع آئے عباس کر کے جھن پویا یا علی کر کے اٹھی پویا ایرے سونے رولا گئے دکھا جمہنے لیا قرآن میرے سر درکھا عباس پہنچان تو پہلے غازی دا سجاد لبس والک بچایا زیہان اللہ خد میرا اللہ اے او حاتم جنا حتان دینا میری امہینہ دے پردے بڑے دائی بڑی روحانی اتالی مجلے سے جتنے بھی ذاکرین پڑ گئے کمال پڑ گئے اے روحانیت اے قبولیت کیونکہ قبولیت علی شخصیتا جو ستی ہوئی منظور نظر جو ستے ہوئے انہاں دے درجات بلند ہوئے جرے پڑ گئے انہاں کٹھے رنگ ہوئے کامران بھئی سونی مجلس کمار جی میں سونی مجلس پڑی وے ایک دفعہ میرے دیکھوئے کو ممبر میں عباس جنازہ سن میں حضرہ کے آدھا پیاں قیامت دویلا جنا غریب حسین کے عباس خیمیں جلدائیں جنا سیدہ کے خیمیں جلدائیں عباس رنے عباس رویت منانا لینا رون وقت شیعہ نہیں رونا لے لوگ سیدہ دے عباس خیمیں جلدائیں غازی رنے رو کے آدھے میری لاش نہ چاہاں میں اکبر نہیں تے عباس نے روح علوایا غادی آدھے میں دے دریاں جی میں ٹیک کے تلیاں اور تے اوکھا اکبر آیا اللہ مان یا ریڈی منظور ہے نادر علی بابے دے سایا قائم ہوئی تیتے گھڑے سر رنگ ہوئی اللہ بچڑا دے بھی ایڈا سونا بیٹھا رونا بسم اللہ کر آگا دیا دے میری لاش نہ چاہاں میں اکبر نوئی تے عباس نے رو اللہ آیا آگا دیا دے میں دے داریاں جی میں ٹیک کے تلیاں
ਉਤੈ ਔਖਾ ਅਕਬਰ ਚਾਇਆ। ਹਾਂਜੂ ਵਾਲਿਆਂ ਦੀ ਜਨ ਜ਼ਖਮੀ ਪਾਸੇ ਵਾਲੀ ਬੀਬੀ ਬਤੂਲ ਅੱਖਾਂ ਦੇ ਤਲੇ ਰੁਮਾਲ ਆਵੇ, ਲੇਕਿਨ ਹੈ ਬੰਦੇ ਦੇ ਵਾਸੀ ਜੇ ਆਪਣੀ ਹੈ ਬੀਬੀਆਂ ਤੱਕ ਪਹੁੰਚਾਓ ਤਾਂ ਗੱਲ ਲੁਕੀ ਹੈ ਬਾਸ ਰੁਨੇ। ਗਾਜ਼ੀਆ ਦੇ ਸਰਦਾਰ ਮੇਰੇ ਡੁੱਕੇ ਜ਼ਖਮ ਨਾ ਡੁਕਾ, ਤੇਰੇ ਗੱਲ ਵਿੱਚ ਅਕਬਰ ਬਹੀ ਪਾਈਆਂ। ਉਹ ਤੇਰਾ ਪੁੱਤਰ ਹਸਾਤ ਨਿਭਾਇਆ, ਜੁਮਲਾ ਸੁਣਾਏ ਗਾਜ਼ੀਆ ਦੇ ਮੇਰੀ ਹੈ ਮਜਬੂਰੀ, ਮੇਰੇ ਹੱਥ ਕੋਈ ਨਾਇਆ ਯਾਰੇ ਦੀ ਰੂਹਾਨੀਅਤ। ਇਹਦਾ ਟਾਈਮ ਗੁਜ਼ਰ ਗਏ ਲੋਕ ਸੁੱਤੇ ਵੈਣ, ਮੋਮਿਨ ਅਬਾਸ ਕਰਾਉਂਦੇ ਬੈਠਣ। ਮੁਸਲਮਾਨਾਂ ਦੀਆਂ ਧੀਆਂ ਸੁੱਤੀਆਂ ਹੋਈਆਂ, ਮੋਮਨਾਂ ਦੀਆਂ ਧੀਆਂ ਅਬਾਸ ਕਰਾਉਂਦੀਆਂ ਬੈਠੀਆਂ। ਅਕਲ ਮਾਰ ਕੇ ਫਰਮਾਉਂਦੇ ਤੇਰੇ ਗੱਲ ਵਿੱਚ ਅਕਬਰ ਮੈਂ ਪਾਈਆਂ, ਓ ਤੇਰਾ ਪੁੱਤਰ ਹਸਾ ਨਿਭਾਇਆ, ਗਾਜ਼ੀਆ ਦੇ ਮੇਰੀ ਹੈ ਮਜਬੂਰੀ, ਮੇਰੇ ਹੱਥ ਕੋਈ ਨਹੀਂ। ਉਹ ਤੂੰ ਮੁਕਾਮਾਨ ਬਤੂਲ ਤੂੰ ਲੈ ਗਏ ਆਏ ਆਏ ਗੁਰਬਤ ਦੇ ਹੋ ਕੇ ਬਾਬੇ ਬਾਬਾ। ਅਗਰ ਨਾਰਾਜ਼ ਰੱਖੀ ਵੋ ਮੇਰਾ ਦਿਲ ਚਾਹੁੰਦਾ ਮੈਂ ਤਾਂ ਕਿੱਥੇ ਮੈਂ ਤੇ ਦੁਆ ਮੰਗਾ, ਕਾਫੀ ਟਾਈਮ ਬੀਤ ਚੁੱਕਾ ਮੈਂ ਜਿਵੇਂ ਜ਼ਾਕਰੀਏ ਨਾ ਦੇ ਮੈਂ ਮਿੰਬਰੀਏ, ਮੇਰਾ ਫਿਰਾ ਸ਼ਬਦ ਰੋਕ ਕੇ ਦੇ ਪਹਿਲਾ ਬੰਦ ਵਲਾ ਪੜ, ਇਹ ਜਿਹੜਾ ਬੰਦ ਮੈਂ ਪੜਿਆ ਨਵਾਂ ਜੇ ਬੰਦ ਮੈਂ ਨੀ ਲਿਖਿਆ, ਇਹ ਰਾਜੇ ਸ਼ਾਹ ਦਾ ਕੋਈ ਸ਼ਾਇਰ ਉਸ ਦਾ ਲਿਖਿਆ, ਇਹ ਸਾਡੇ ਰਾਜੇ ਸ਼ਾਹ ਹੁਣ ਤਾਂ ਹਰ ਜ਼ਾਕਰ ਵਾਲਾ ਪੜ। ਜਨਾ ਗਰੀਬ ਅਕਬਾਸ ਮੈਂ ਤੇਰੀ ਲਾਸ਼ ਹੈ ਮੈਨੇ ਨਾ ਗਾਜ਼ੀਆ ਦੇ ਮੇਰੀ ਲਾਸ਼ ਨਾ ਜਾ, ਮੈਂ ਅਕਬਰ ਨਹੀਂ ਤੇ ਅਬਾਸ ਨੇ ਰੋ ਅਲਵਾਇਆ। ਗਾਜ਼ੀਆ ਦੇ ਮੇਰੇ ਦਰੀਆਂ ਜਿਵੇਂ ਟੇਕ ਕੇ ਤਲੀਆਂ, ਉੱਥੇ ਆਖਾਂ ਅਕਬਰ ਨਜ਼ਰ ਦੀ ਗੱਲ ਔਖੀ ਹੈ ਜਿਹੜੀ ਹੁਣ ਰਹਿੰਦੀ ਹੈ। ਕਿਆਮਤ ਦਾ ਵੇਲਾ ਗਾਜ਼ੀਆਂ ਦੇ ਤੇਰੇ ਗੱਲ ਵਿੱਚ ਅਕਬਰ ਬਈ ਪਾਈਆਂ, ਉਹ ਤੇਰਾ ਪੁੱਤਰ ਹਸਾਤ ਨਿਭਾਇਆ, ਗਾਜ਼ੀਆਂ ਦੇ ਮੇਰੀ ਹੈ ਮਜਬੂਰੀ, ਮੇਰੇ ਹੱਥ ਕੋਈ ਨਹੀਂ। ਗੱਲ ਤਾਂ ਹੀ ਅਡੁੱਖੀ ਹੈ, ਮੇਰੀ ਹੈ ਮਜਬੂਰੀ ਵੋ ਮੇਰੇ ਹੱਥ ਕੋਈ ਨਹੀਂ। ਤੂੰ ਥੱਕਾ ਹੈ ਜ਼ਹਰਾ, ਮੈਂ ਬਿਸਮਿਲ੍ਲਾ ਕਰਾਂ। ਇਮਾਮ ਹੁਸੈਨ ਅਲੈਹਿਸਲਾਮ ਜਨਾ ਗੁਰਬਤ ਦਾ ਹੋ ਕਸ ਜੀ, ਮੈਂ ਬਿਸਮਿਲ੍ਲਾ ਕਰਾਂ ਤੇ ਹੱਕਾ ਲਈ ਮਾਰੋ 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 ਜਨਾ ਬਾਸ ਲੱਥਾ ਜੰਗ ਮੁੱਕ ਵਣੀ, ਤੁਸੀਂ ਤਾਂ ਚੁੱਪ ਕਰ ਗਏ ਹੋ। ਸ਼ਬੀਰ ਦੇ ਦੋ ਹੱਥ ਕਮਰਦੇ ਹਨ, ਠੱਡਾ ਸਾਹ ਭਰ ਕੇ ਸੈਦਾ ਦੇ ਔਖਾ ਵਧਾ ਲਾਉਂਦਾ। ਤੁਸਾਂ ਚੁੱਪ ਕਰ ਗਏ ਹੋ, ਚਾਰ ਸਾਲਾਂ ਦੀ ਧੀ ਕੋਲ ਖੜੀ ਏ ਬਾਬਾ ਕੌਣ, ਹੱਕਲ ਮਾਰ ਕੇ ਸੈਦਾ ਦੇ ਦੁਆਰਾ ਪਾਣੀ ਬਣਾਉਣ ਵਾਲਾ, ਦੁਆਰਾ ਪਰਦੇ ਬਣਾਉਣ ਵਾਲਾ, ਤੇਰਾ ਚਾਚਾ ਮਾਸ਼ਕੀ ਔਖਾ ਵਧਾ ਲਾਉਂਦਾ। ਬੰਦਾ ਸ਼ੀਆ ਹੋਵੇ ਭਾਵੇਂ ਰਾਤ ਡਈ ਦਾ ਟਾਈਮ ਹੋਵੇ, ਅਬਾਸ ਕੁੱਤਰ ਹੋ ਸਕਦੇ ਰੋਣ ਵਾਲੇ ਲੋਕ ਅੱਲਾ ਗਵਾਏ, ਨਿੱਕੇ ਨਿੱਕੇ ਹੱਥ ਬਾਤ ਕਿਆ ਦੇ ਬਾਬਾ ਮੈਂ ਕੋਈ ਚਾਚਾ ਲਿਖਾ, ਸੈਦਾ ਦੇ ਨਾਂ ਦੇਖੇ ਮੇਰਾ ਕਮੇ ਜਰ ਮੈਂ ਸਾਂ ਦਾ ਖਣਾ, ਰੋ ਕੇ ਆ ਦੇ ਬਾਬਾ ਖਾਲੀ ਵੱਲਾਂ ਦਵਾ ਸਹੀ ਮੈਂ ਕੁਚਾ ਚੜਿਕਾ, ਸੈਯਦਾ ਦਾ ਲਿਖੇ ਦਸੈਂਦੀ ਰਾਵੇ ਲੜਦਾ ਕਿਵੇਂ ਵਤ। ਯਾਰ ਕਿਆ ਰੂਹਾਨੀਅਤ ਹੈ,
जाफर जी में अल्लाह हयात अल्लाह बच रहा जी अल्लाह झोली आबाद करी के मैं बिस्मिल्लाह कर दसे नी राम लड़दा की में वत कामरान भाई बैंड दुखें जेर में सुनाऊं थोड़ा जे महसूस करो जो हुसैन अलैहि सलाम चार सालों दी तसी धी कुछ हुन ओखा जुमले जे जुमले त मैं बड़ा रोना कयामत दा वेला जदा हुसैन दी धी जिते चाचे दे दुए कंधे जख्मी हैं मोड़े जख्मी हैं ई तरीके नाल खिते हाथ देंदी रहिए ते रो रो के आदि गए बाबा मैं कुला सैयदा दे हुन ना लाएंदा चाचे दी शहादत गवाह बन हुन ओ कजमले जिवें नाद जर मैं सुनावण है तिना दी है बीबे तक पहुंचावणी है कयामत दा वेला हुसैन दी रे दी पई कमीने मुसलमान तीर मारे अब्बास को नहीं लगाए मशक जी लगे तू दा चुप कर गई पानी लुड़दा रही है हुसैन दी रे दी रही है बिस्मिल्लाह करा अब्बास ही रेदा रही है आसमान कंबैन जमीन कंबी है हुसैन दी रे दी खलोती आई कमीने मुसलमान तीर मारे जेरा गाजी अब्बास दी सजी अख च लगे इन वाक दे विच तीर लगे बीबी मसो मारनी है रोके दे बाबा मरांडे तू अपने को सर जिना सैयदा दे बेदया पाई हुन सड विया हुन मैं रुड़ी गए हुसैन दी कसम मैं बीबी मासूमा निके निके हाथ बुलंद की दन ते रुनी है मासूमा रो गया दिए एक बारी खैमे आ चाचा एक बारी खैमे आ चाचा एक बारी खैमे आ चाचा एक बार 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 खैमे आ चाचा सड़ कोई नहीं तेरे सिवा चाचा सड़ कोई नहीं तेरे सिवा चाचा सड़ कोई नहीं तेरे सिवा चाचा पानी नहीं मिले आता कोई गल नहीं पानी नहीं मिले आता कोई गल नहीं पानी नहीं मिले आता कोई गल नहीं असमलिए रब दिला चाचा अल्लामान ओ मैं बिस्मिल्लाह करा लगदा फादर आजा मजूमा खड़िया दे पानी नहीं मिलिया आता कोई गल नहीं पानी नहीं आता कोई गल नहीं असमनिए रब दे रजा चाचा असमनिए रब दे रजा मेरा ख्याल है सारे शिया बेटे वे जे तुसा शिया हो ता मैं तुहारे है जी मैं पिए लेना आपरी है गाजी बाद अलम तक पहुंचाओ मैं हुसैन दी धी दा है सुने ना रुनिया मसूम रो क्या दे चाचा मेरे गल सुन गिन जे दे शर्म तो सोल जला चढ़िया जे आए जना चढ़िया ओ खड़िए बाजर दा चाचा ओ खड़िए अल्लाह मान अल्लाह मान अल्लाह मान आखो तो एक बार पड़ी मन थक गयो तो मैं थी दुआ जम गवा न सो मैं को भाई शब्दा जी में ओखा मैंने बाबा जरा मैं हूं सुनावने रुनिया हुसैन दी रो के आदे चाचा आते भावे ना तेरी मर्जी है मैं हुसैन दे सीने ते समण वाली दिया चाचा मैं ते गुण सेंदी पिया मैं वंडे शाम ते नए वलणा मैं वंडे अच्छा बाबा बिस्मिल्लाह करा रो के आदि करे चाचा मेरी गल सुन ओ मैं वंजना शाम तने वलना मैं वंजना शाम तने मैं कुछ शाम दपंद समझा चाचा मैं कुछ शाम दपंद समझा चाचा मैं कुछ शाम दपंद समझा चाचा
ही अजीम इबादत कबूल फरमा, तमाम सहबान की तौफीकात इजाफा फरमा। जिक्र वाले ने सदका बानी मजालिस मेरा बड़ा लायक बेटा, जिक्र वाले ने सदका मेरा सोना ला एक दिन दुगनी रात दुगनी तरक्की अता फरमा, कामयाबी और कामरानी अता फरमा। ती उम्मत साया कायम होवे इस जगह देते जितने मदफून इन कायनात खालिक मालिक उन्हें दर्जात बना फरमा, उसका नजर और बैठे इन्हें दी जिंदगी हो, इन्हें दी बचना दी खैर हो, बल्कि जितने हाजिर बैठे कुल्लो हम अजादारा दी खैर हो। जिक्र वाले सदका अल्लाह आले मोहम्मद इन्हें सारा को सवार बना रहे। यार एक दुआ वड़ी मंगना चाहना जे तो सामी ना खो, जिक्र वाले सदका अल्लाह आले मोहम्मद वड़िया धीया दे मुकद्दर चंगे करे। हुसैन अलैहि सलाम दे लिए सिरा दा सदका बे औलादन पुत्र मिलन मिल खुशो जीवे जाफर न जितनी झोले सिक दिन अल्लाह आले मोहम्मद हयात अल फरजंद अता फरमा। जिक्र वाले सदका मेरा कायनात का खालिक मालिक इन सारा को आले मोहम्मद अतावार बना, मेरा अल्लाह मोमिनीन दी औलाद रोजगार अता फरमा, मेरा अल्लाह जितने हाजिर बैठे तमाम दे मरहूमीन दे दरजात बुलंद फरमा। जिक्र वाले सदका आले मोहम्मद सदका मेरे कुल हम दुआ कबूल वारिस हकीकी इमाम जमान अलैहिस्सलाम दा जल ज़हूर फरमा, आमीन या रब्बल आलमीन। रब्बना तकबल मिन्ना इन्नका अंतस समीउ अलीम। नारा हैदरी या अली, माशाल्लाह।